कोरोना वायरस ਦਾ ਡਰ ਇਸ ਕਦਰ ਲੋਕਾਂ ਦੇ ਮਨਾਂ 'ਚ ਬੈਠਣ ਲੱਗਾ ਹੈ ਕਿ ਲੋਕਾਂ 'ਚ ਇਸ ਦਾ ਖੌਫ ਹੈ ਇਸ ਦਾ ਅਸਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਖਬਰ ਵਿੱਚ ਵੇਖਿਆ ਜਾ ਸਕਦਾ ਜਿੱਥੇ ਇੱਕ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ ਕਰ ਲਈ ਗਈ 52 ਸਾਲ ਦੇ ਬਲਵਿੰਦਰ ਸਿੰਘ ਅਤੇ 55 ਸਾਲ ਦੀ ਗੁਰਜਿੰਦਰ ਕੌਰ ਦੀ ਦਾਸ਼ ਉਹਨਾਂ ਦੇ ਘਰ ਵਿੱਚ ਪਿੰਡ ਸਠਿਆਲਾ ਤੋਂ ਮਿਲੀ ਹੈ ਪੁਲਿਸ ਮੁਤਾਬਕ ਉਹਨਾਂ ਦੇ ਘਰੋਂ ਇੱਕ ਸੁਸਾਇਡ ਨੋਟ ਬਰਾਮਦ ਹੋਇਆ ਜਿਸ ਵਿੱਚ ਉਹਨਾਂ ਨੇ ਆਪਣੀ ਮੌਤ ਦੀ ਵਜ੍ਹਾ ਕੋਰੋਨਾ ਵਾਇਰਸ ਨੂੰ ਲਿਖਿਆ ਪਰ ਪੁਲਿਸ ਦਾ ਦਾਅਵਾ ਹੈ ਕਿ ਮੁੱਢਲੀ ਜਾਂਚ ਵਿੱਚ ਉਹਨਾਂ 'ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਮਿਲੇ ਪੁਲਿਸ ਸਮੇਤ ਸੇਧ ਵਿਭਾਗ ਵਿਚ ਕਰੋਨਾ ਮਹਾਮਾਰੀ ਨੂੰ ਲੈ ਕੇ ਵਹਿਮ ਪਰਮ ਫੈਲਣ ਲੱਗੇ ਹਨ ਲੋਕ ਮਾਨਸਿਕ ਤਣਾਅ ਵਿੱਚ ਹਨ ਅਤੇ ਇਸ ਤਰ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਇੱਕ ਲਿਖਤ ਐਸਜੀਪੀਸੀ ਮੈਂਬਰ ਅਤੇ ਸਿੱਖ ਮਿਸ਼ਨਰੀ ਕਾਲਜ ਚੇਅਰਮੈਨ ਪ੍ਰਿੰਸੀਪਲ ਸੁਰਿੰਦਰ ਸਿੰਘ ਹੂਰਾ ਵੱਲੋਂ ਲਿਖੀ ਗਈ ਹੈ ਉਹਨਾਂ ਨੇ ਕਰੋਨਾ ਕਹਿਰ ਸਮੇਂ ਮਨੋਬਲ ਉੱਚਾ ਰੱਖਣ ਅਤੇ ਬਚਾਅ ਲਈ ਕੁਝ ਜ਼ਰੂਰੀ ਬੇਨਤੀਆਂ ਸਰਲੇਖ ਤਹਿਤ ਲਿਖਿਆ ਹੈ ਕੇ ਮੌਤ ਦੇ ਡਰ ਤੋਂ ਮੁਕਤ ਹੋਣ ਲਈ ਬਾਲਕ ਬੂੜਾ ਜੀ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਪਾਸ਼ਾ ਜੀ ਨੇ ਉਪਦੇਸ਼ ਦਿੱਤਾ ਸੀ ਬੇਟਾ ਡਰੋ ਨਾ ਮੌਤ ਨੂੰ ਵੀ ਮਾਰਨ ਵਾਲਾ ਵਹਿਗੁਰੂ ਸਦਾ ਅੰਗ ਸੰਗ ਹੈ ਉਸ ਨੂੰ ਹਮੇਸ਼ਾ ਯਾਦ ਰੱਖੋ ਮਨ ਨੂੰ ਜਿੱਤਣ ਵਾਲਾ ਹੀ ਜਗਤ ਅਤੇ ਮੌਤ ਉੱਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਮਨ ਜੀਤੇ ਜਗ ਜੀਤ ਗੁਰੂ ਨਾਨਕ ਜੋਤ ਨੇ ਹਰ ਕਿਸਮ ਦੀ ਮੌਤ ਦੇ ਟਾਕਰੇ ਲਈ ਸਾਨੂੰ ਗੁਰਬਾਣੀ ਤੇ ਮਰਿਆਦਾ ਦੀ ਟਾਲ ਸੇਵਾ ਤੇ ਸਿਮਰਨ ਦੀਆਂ ਦੋ ਕਿਰਪਾਨਾਂ ਸਬਰ ਸੰਤੋਖ ਸਿੱਧਕਤ ਤੇ ਭਰੋਸੇ ਦੀ ਸੰਜੋ ਹਮੇਸ਼ਾ ਪਹਿਣ ਕੇ ਰੱਖਣ ਦਾ ਹੁਕਮ ਦਿੱਤਾ ਸੀ ਧਰਮ ਸਮਾਜ ਸਰਕਾਰ ਵੱਲੋਂ ਖਿੱਚੀ ਗਈ ਲਕਸ਼ਮਣ ਰੇਖਾ ਵੀ ਕਦੇ ਉਲੰਘਣਾ ਨਾ ਕਰੋ ਕਰੋਨਾ ਕਟਾਣੂ 4 ਘੰਟੇ ਤੋਂ ਅੱਗੇ ਜਾਉਂਦਾ ਨਹੀਂ ਰਹਿ ਸਕਦਾ ਇਸ ਲਈ ਪੂਰਾ ਪਰਹੇਜ਼ ਅਤੇ ਸਹੀ ਇਲਾਜ ਕਰਕੇ ਹੀ 14 ਦਿਨਾਂ ਤੱਕ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਕਰੋਨਾ ਮਹਾਮਾਰੀ ਨੇ ਭਾਵੇਂ ਸਾਰੇ ਸੰਸਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਫਿਰ ਵੀ ਲੱਖਾਂ ਮਰੀਜ਼ ਰੋਗ ਮੁਕਤ ਹੋ ਕੇ ਵਾਪਸ ਆਪਣੇ ਪਰਿਵਾਰਾਂ ਵਿੱਚ ਆ ਚੁੱਕੇ ਹਨ ਫਿਰ ਵੀ ਜੇ ਕੋਈ ਸ਼ੱਕੀ ਹੈ ਤਾਂ ਉਸ ਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਵੈਗਰੂ ਜੀ ਆਪ ਤੁਹਾਡੇ ਪਰਿਵਾਰ ਤੁਹਾਡੀ ਸਰਕਾਰ ਅਤੇ ਹਜ਼ਾਰਾਂ ਡਾਕਟਰਾਂ ਦੀ ਫੌਜ ਦੇ ਰੂਪ ਵਿੱਚ ਦਵਾ ਅਤੇ ਦੁਆ ਨਾਲ ਲੈ ਸੋ ਤੁਹਾਡੀ ਰੱਖਿਆ ਲਈ ਹਾਜ਼ਰ ਨਾਜ਼ਰ ਹੈ ਜੋ ਕਦੇ ਵੀ ਮੌਤ ਨੂੰ ਤੁਹਾਡੇ ਨੇੜੇ ਨਹੀਂ ਆਉਣ ਦੇਣਗੀ ਉਹ ਅੱਗੇ ਲਿਖਦੇ ਹਨ ਕਿ ਸਤਖੰਡ ਵਾਸੀ ਪਾਈ ਨਿਰਮਲ ਸਿੰਘ ਜੀ ਅਤੇ ਪਾਈ ਬਲਦੇਵ ਸਿੰਘ ਜੀ ਵਰਗਿਆਂ ਦੇ ਸੰਸਕਾਰ ਸਮੇਂ ਮਤਲਬ ਪ੍ਰਸਤਾ ਮਨਮੁੱਖਾ ਵੱਲੋਂ ਬੜਾਏ ਵਾਤਾਵਰਨ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਰਬੱਤ ਦੇ ਭਲੇ ਲਈ ਸ਼ਹੀਦੀ ਜਾਮ ਪੀਣ ਵਾਲੇ ਧੰਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਦਸ਼ਮੇਸ਼ ਪਿਤਾ ਜੀ ਛੋਟੇ ਅਤੇ ਵੱਡੇ ਸਾਬਜਾਦਿਆਂ ਤੇ ਲੱਖਾਂ ਸ਼ਹੀਦ ਸਿੱਖਾਂ ਦੇ ਸੰਸਕਾਰ ਸਮੇਂ ਵੀ ਪਸ਼ੂ ਬਿਰਤੀ ਲੋਕਾਂ ਨੇ ਇਸੇ ਤਰ੍ਹਾਂ ਦਾ ਵਿਵਹਾਰ ਕੀਤਾ ਸੀ। ਉਹਨਾਂ ਨੇ ਰਾਗੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਕੀਤੀ ਹੈ ਟੀਵੀ ਚੈਨਲਾਂ ਤੇ ਲਾਈਵ ਅਤੇ ਗੁਰਮਤ ਸਮਾਗਮ ਵਿੱਚ ਅਰਦਾਸ, ਮੰਗ ਮੇ ਮਨੁੱਖਾ ਮਨਵਲ ਉੱਚਾ ਰੱਖਣ ਦੀ ਚੜ੍ਹਦੀ ਕਲਾ ਪ੍ਰਦਾਨ ਕਰਨ ਵਾਲੇ ਗੁਰਬਾਣੀ ਸ਼ਬਦਾਂ ਦਾ ਇੱਕ ਕੀਰਤਨ ਕਰਨ ਦੀ ਕਿਰਪਾਲਤਾ ਕਰੋ ਉਹਨਾਂ ਨੇ ਕੁਝ ਹੋਰ ਸਲਾਹ ਯਾਦ ਰੱਖਣ ਗੱਲਾਂ ਵੀ ਲਿਖੀਆਂ ਹਨ ਹੱਥ ਮਿਲਾਉਣ ਗਲੇ ਮਿਲਣ ਤੋਂ ਸੰਕੋਚ ਕਰੋ ਕਰੇ ਰਹਿ ਕੇ ਮੂੰਹ ਤੇ ਮਾਸਕ ਪਾਉਣ ਨਾਲ ਦੂਰੋਂ ਹੀ ਗੱਜ-ਵੱਜ ਕੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬੁਲਾਓ ਤੇ ਇਸ ਨਾਲ ਕਰੋਨਾ ਭੂਤ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਸਤਿਗੁਰੂ ਜੀ ਦਾ ਦਾਵਾ ਹੈ ਵਿਚਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਅਕਾਲ ਪੁਰਖ ਵਹਿਗੁਰੂ ਜੀ ਹਰ ਸਮੇਂ ਹਰ ਮਨੁੱਖ ਦੀ ਰੱਖਿਆ ਕਰਨ ਵਾਲੇ ਹਨ ਇਹ ਧ੍ਰਿੜ ਵਿਸ਼ਵਾਸ ਰੱਖ ਕੇ ਹੀ ਅਸੀਂ ਨਾ ਕਹਿਰ ਦਾ ਮੁਕਾਬਲਾ ਕਰ ਸਕਦੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ